ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ, ਹੋਰ ਠੀਕ ਠਾਕ ਸਾਰਿਆਂ ਨੇ? ਉਮੀਦ ਕਰਦਾ ਜੀ ਸਾਰੇ ਠੀਕ ਹੋਣਗੇ। ਆਪਣੇ ਡਾਕਟਰ ਸਾਹਿਬ, ਅੱਜ ਮੈਂ ਡਾਕਟਰ ਸਾਹਿਬ ਨੂੰ ਘੁੰਮਾਉਣ ਲੈ ਕੇ ਜਾ ਰਿਹਾ, ਅਤੇ ਤੁਸੀਂ ਵੇਖ ਰਹੇ ਹੋਗੇ ਵੀ ਰਾਤ ਹੋਈ ਪਈ ਆ ਬਹੁਤ ਜ਼ਿਆਦਾ, ਅਤੇ ਵੀ ਇੱਦਾਂ ਕਿਉਂ ਹੋਇਆ ਵਿਆ ਵੀ ਦਿਨੇ ਕਾਹਤੋਂ ਨਹੀਂ ਜਾ ਰਹੇ? ਕਿਉਂਕਿ ਮੈਂ ਰਾਤ ਨੂੰ ਕੰਮ ਧਰਨਾ, ਅਤੇ ਮੈਂ ਦਿਨੇ ਸੁੱਤਾ ਰਹਿੰਦਾ, ਫਿਰ ਮੈਂ ਡਾਕਟਰ ਸਾਹਿਬ ਨੂੰ ਰਾਤ ਨੂੰ ਘੁੰਮਾਉਣ ਕੇ ਲੈ ਜਾ। ਠੀਕ ਹੈ ਡਾਕਟਰ ਸਾਹਿਬ, ਹੁਣ ਅਸੀਂ ਡਾਕਟਰ ਸਾਹਿਬ ਨੂੰ ਰਾਤ ਨੂੰ ਘੁੰਮਾਉਣ ਲੈ ਕੇ ਜਾ ਰਹੇ ਹਾਂ, ਸੋ ਪਹਿਲਾਂ ਮੈਂ ਇਹਨੂੰ ਟੋਰਾਂਟੋ ਡਾਊਨ ਟਾਊਨ ਲੈ ਕੇ ਜਾ ਰਿਹਾ ਅੱਜ, ਨਾਲੇ ਤੁਹਾਨੂੰ ਖਾਣਾ, ਕਿਉਂਕਿ ਵਲੌਗ 'ਚ ਮੈਂ ਕਦੇ ਡਾਊਨ ਟਾਊਨ ਖਾਇਆ ਨਹੀਂ, ਸੋ ਅੱਜ ਬਹਾਨੇ ਨਾਲ ਡਾਊਨ ਟਾਊਨ ਵੀ ਖਾਣਾ। ਚਲੇ ਡਾਕਟਰ ਸਾਹਿਬ, ਪਹਿਲਾਂ ਵਾਲ ਮੜ ਜਾਣਾ, ਸਾਡੀ ਸਾਬਣ ਮੁੱਕੀ ਪਈ ਆ, ਘਰੇ ਸਾਬਣ ਲੈਣੀ, ਸ਼ੈਂਪੂ ਵੀ ਆਣੀ ਗਾ। ਤੁਸੀਂ ਦੇਖ ਸਕਦੇ ਮੇਰੇ ਵਾਲ ਕਿੰਨੇ ਚੇਪੂ ਹੋਏ ਪਏ, ਜਸਟ ਬਿਕੋਜ਼ ਸ਼ੈਂਪੂ ਹੈ ਨਹੀਂ ਗਾ। ਪਤਾ ਨਹੀਂ ਕਿੰਨੀਆਂ ਸਦੀਆਂ ਹੋ ਚੁੱਕੀਆਂ ਨਾਤਿਆਂ ਨੂੰ, ਤੇ ਕੰਜੂਸ ਘਰ ਵਾਲੇ ਬਸ ਕੰਜੂਸ ਕੰਜੂਸੀ ਆ, ਸਾਰੀ ਕਿਸ਼ਤੀ ਜਲੰਧਰ ਚ ਜਾਵੜ ਦੀ, ਪੈਸੇ ਰਹਿੰਦੇ ਨਹੀਂ ਸਾਡੇ ਕੋਲੇ, ਅਸੀਂ ਲੰਘ ਹੋਏ ਪਏ ਆ। ਹਾਂ, ਦੇਖ ਸ਼ੈਂਪੂ ਵੀ ਨਹੀਂ ਖਰੀਦ ਕੇ ਦੇ ਸਕਦੇ, ਸੋ ਚਲੋ ਹੁਣ ਆਪਾਂ ਤੁਹਾਨੂੰ ਰਸਤਾ ਦਿਖਾਉਣੇ ਆ, ਤੁਹਾਨੂੰ ਵਧੀਆ ਵਧੀਆ ਦਿਖਾਵਾਂਗੇ ਰਸਤਾ। ਪਤਾ ਨਹੀਂ ਮੇਰੀ ਸ਼ਕਲ ਕਿਵੇਂ ਦੀ ਆ ਰਹੀ ਹੋਊਗੀ, ਹਨਾ? ਆਰਾਮ ਨਾਲ ਯਾਰ, ਮੈਂ ਵਲੌਗਿੰਗ ਕਰ ਰਹੀ ਆ। ਚਲੋ ਦੇਖੋ, ਇਹ ਰਾਹ ਜਾਂਦਾ ਜੀ ਵਾਲਮਾਰਟ ਨੂੰ। ਸ਼ੁਕਰ ਆ ਸ਼ੈਂਪੂ ਲਿਆ ਜਾਊਂਗਾ। ਆ ਪਤਾ ਨਹੀਂ ਕਿਹੋ ਜਿਹੇ ਭੈੜੇ ਜਿਹੇ ਗਾਣੇ ਲਾਏ, ਮੈਨੂੰ ਤਾਂ ਸਮਝ ਹੀ ਨਹੀਂ। ਸੀਰੀਅਸਲੀ, ਆਪਣੀਆਂ ਰੂਟਸ ਨੂੰ ਭੁੱਲ ਚੁੱਕੇ ਆ, ਭੁੱਲ ਚੁੱਕੇ। ਹਾਂ, ਅਕੀ ਅਵਲ ਟਵਲ ਜਾਂ ਸੁਣੀ ਜਾਂਦੇ ਆ ਜਿਹਦੀ ਕੋਈ ਸਮਝ ਵੀ ਨਹੀਂ ਆਉਂਦੀ। ਪੰਜਾਬੀ ਗਾਣੇ ਸੁਣਿਆ ਕਰੋ ਜਿਨ੍ਹਾਂ ਦੀ ਸਮਝ ਵੀ ਆਵੇ, ਆਹ ਤਾਂ ਕੁਛ ਸਮਝ ਨਹੀਂ ਆਉਂਦੀ। ਚਲ ਆਜਾ ਡਾਕਟਰ ਨੀ, ਰੋਜ਼ ਜੀ ਵਾਲਮਾਰਟ ਆ ਗਏ ਆ, ਅਤੇ ਅੰਦਰੋਂ ਮਾੜਾ ਮੋਟਾ ਸਮਾਨ ਜਿਹਾ ਲੈਣਾ, ਸੋ ਲੈ ਕੇ ਫਿਰ ਅਸੀਂ ਚੱਲਦੇ ਹਾਂ ਘੁੰਮਣ ਫਿਰਨ। ਦੋ ਮਿੱਤਰੋ, ਮੈਂ ਬਹੁਤ ਜ਼ਿਆਦਾ ਬੋਰ ਹੋ ਰਿਹਾ, ਡਾਕਟਰ ਸਾਹਿਬ ਸਮਾਨ ਲੈ ਰਿਹਾ, ਮੈਂ ਬੋਰ ਹੋ ਰਿਹਾ। ਅੱਗੇ ਵਧੀਆ ਹੁੰਦਾ ਸੀਗਾ, ਰੋਟੀ ਜੀ ਆ ਜਾਂਦੀ ਸੀ ਘਰੇ, ਬਣਾਉਣ ਦੀ ਲੋੜ ਹੀ ਨਹੀਂ ਪੈਂਦੀ। $200 ਦੇਈ ਦਾ ਜੀ, ਹੁਣ ਇੱਥੇ ਮੈਂ ਵਾਸੀਆਂ ਅਤੇ ਵਾਸੀਆਂ ਆਈ ਜਾਂਦੀਆਂ, ਮੈਨੂੰ ਔਖਾ ਹੋ ਗਿਆ ਕੰਮ ਯਾਰ ਮੈਂ ਜ਼ਿਆਦਾ ਸੋਹਣਾ ਨਹੀਂ ਲੱਗ ਰਿਹਾ ਅੱਜ ਕੱਲ੍ਹ, ਦੇਖ ਮੈਂ ਕਿੰਨਾ ਸੋਹਣਾ ਲੱਗ ਰਿਹਾ ਹੈ ਨਾ, ਬੜਾ ਸੋਹਣਾ ਯਾਰ। ਕੁੜੀਆਂ ਡਿੱਗੀ ਜਾਣਦੀਆਂ, ਬੇਹੋਸ਼ ਹੋ ਗਈਆਂ ਨਾ, ਇੰਨਾ ਸੋਹਣਾ ਕਦੋਂ ਬਣਾਉਣਾ ਮੈਨੂੰ। ਅੱਜ ਕੱਲ੍ਹ ਮੇਰੇ ਮੇਕਅਪ ਹੋਣ ਲੱਗ ਗਿਆ ਮਿੱਤਰੋ, ਪਾਊਡਰ ਜਿਹਾ ਲੈਂਦਾ ਗਸ਼ ਗਸ਼ ਕਰਦਾ। ਅੱਜ ਆਪਾਂ ਇੰਗਲ ਦੀ ਰੀਸ ਲਾਉਣੇ ਆ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ? ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ। ਚਲੋ, ਅੱਜ ਦਾ ਵਲੌਗ ਆਪਾਂ ਬਣਾਉਣ ਜਾ ਰਹੇ ਹਾਂ ਟੋਰਾਂਟੋ ਡਾਊਨਟਾਊਨ ਦਾ। ਇਹ ਸੀਗਾ ਇਰਮਨ ਗਿੱਲ, ਹੁਣ ਮੈਂ। ਹੈਲੋ ਐਵਰੀਵਨ, ਮੈਂ ਰੋਜ਼ ਡਿਫਰੈਂਟ ਤਰ੍ਹਾਂ ਨਾਲ ਬੋਲਿਆ ਕਰੂੰਗੀ ਜਦੋਂ ਕਿਤੇ ਮੈਨੂੰ ਮੌਕਾ ਮਿਲੂਗਾ। ਕਿੱਧਰ ਦੇਖਣਾ ਹੈ, ਇੱਧਰ ਕਿ ਇੱਧਰ, ਜੋ ਜਿੱਧਰ ਮਰਜ਼ੀ। ਇੱਥੇ ਵੇਖ ਲਓ, ਲੈਂਸ ਦੇ ਵਿੱਚ ਵੇਖ। ਹਾਂ, ਇਹ ਨਾ ਧਿਆਨ ਦਿਓ ਵੀ ਕਿੱਧਰ ਰੱਖੀ ਜਾਂਦੀ ਹੈ, ਹੋਰ ਮੁੜ ਕੇ ਕਮੈਂਟਾਂ ਵਿੱਚ ਕਹਿਣ ਮੈਂ ਤਾਂ ਪੈਂਗੀ ਨਹੀਂ ਹੈਗੀ। ਹਾਂਜੀ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ? ਇਹ ਆਪਣੇ ਨਾਲ ਇਰਮਨ ਗਿੱਲ ਰੀਟੇਕ ਹੋ ਗਿਆ, ਰੀਟੇਕ ਹੋ ਗਿਆ, ਨਵਾਂ ਰੀਟੇਕ ਹੋ ਗਿਆ। ਉਹ ਪਹਿਲਾਂ ਇਰਮਨ ਗਿੱਲ ਬਣ ਕੇ ਮੈਂ ਇਹ ਕਰ ਰਹੀ ਸੀ, ਹਨਾ? ਹਾਂਜੀ ਹਾਂਜੀ, ਬਿਲਕੁਲ। ਹਾਂ, ਮੈਂ ਕਦੀ ਇੱਧਰ ਹੋਈ ਕਦੀ ਇੱਧਰ ਵੇਖਦੀ ਹਾਂ ਜੋ ਮੈਂ ਨਵੀਂ ਵਲੌਗਰ ਹਾਂ। ਬਸ ਤੁਸੀਂ ਲੈਂਸ ਦਾ ਜਿਹੜਾ ਲੈਂਸ ਹੈ ਨਾ ਡਾਕਟਰ ਸਾਹਿਬ, ਤੁਸੀਂ ਆ ਲੈਂਸ ਦੇ ਵਿੱਚ ਸਕਰੀਨ ਵਾਲ ਨੂੰ ਦੇਖੋ। ਠੀਕ ਹੈ, ਹਾਂਜੀ, ਤੁਹਾਡੇ ਸਾਰਿਆਂ ਦਾ ਕੀ ਹਾਲ ਚਾਲ ਹੈ? ਉਹ ਆਏ ਨੇ ਮੇਰੇ ਨਾਲ ਇਰਮਨ ਗਿੱਲ, ਤੇ ਹੌਲੀ ਹੌਲੀ ਤੁਸੀਂ ਉਹਨਾਂ ਨੂੰ ਜਾਣ ਜਾਓਗੇ, ਤੇ ਆਪਣੇ ਚੈਨਲ ਤੇ ਤਾਂ ਆਪਾਂ ਤਾਂ ਇੱਕ ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ। ਅੱਜ ਆਪਾਂ ਵਲੌਗ ਬਣਾਉਣ ਜਾ ਰਹੇ ਹਾਂ ਟੋਰਾਂਟੋ ਡਾਊਨਟਾਊਨ ਦਾ। ਅਸੀਂ ਡਾਊਨਟਾਊਨ ਪਹੁੰਚ ਗਏ, ਤੇ ਆਪੋ ਵੱਲ ਜਾਊਗਾ ਹੁਣ, ਸਾਰੇ ਪਾਸੇ ਬਿਲਡਿੰਗਾਂ ਬਿਲਡਿੰਗ ਹੋਣਗੀਆਂ। ਵਾਓ, ਕਿੰਨਾ ਸੋਹਣਾ ਸੀਨ ਲੱਗ ਰਿਹਾ ਹੈ, ਤੁਹਾਨੂੰ ਹੌਲੀ ਹੌਲੀ ਅੱਗੇ ਜਾ ਕੇ ਤੁਹਾਨੂੰ ਚੰਗੀ ਤਰ੍ਹਾਂ ਦਿਖੂਗਾ। ਹੁਣ ਆਪਾਂ ਜਿਵੇਂ ਡਾਊਨਟਾਊਨ ਦੇ ਨਾ ਜਮੀ ਅੰਦਰ ਜਾਵਾਂਗੇ। ਵਾਓ, ਕਿੰਨਾ ਸੋਹਣਾ ਵਿਊ, ਇੱਥੋਂ ਦੇਖੋ। ਹੁਣ ਆਪਾਂ ਜਮੀ ਡਾਊਨਟਾਊਨ ਦੇ ਵਿੱਚ ਵੜ ਗਏ, ਹੌਲੀ ਕਰ ਰਹੇ ਖਾਣੇ ਪੀਣੇ ਗੱਲਾਂ ਗੁੱਲਾਂ ਮਾਰਦੇ ਹਾਂ, ਤੇ ਤੁਹਾਨੂੰ ਵੀ ਮਾਹੌਲ ਵਿਖਾਉਣੇ ਸੀ। ਇਹਦੂ ਬਾਅਦ ਅਸੀਂ ਡੰਡਾ ਸਟਰੀਟ ਜਾਵਾਂਗੇ, ਜਿਹੜਾ ਮੇਨ ਡਾਊਨ ਟਾਊਨ ਦਾ ਹੱਬ ਜਾ, ਜਿੱਥੋਂ ਅਸੀਂ ਖਾ ਪੀ ਕੇ ਅਸੀਂ ਬਰਗਰ ਵਗੈਰਾ ਲੈ ਲਏ। ਅਸੀਂ 6 ਬਰਗਰ ਲਏ ਆ, ਅਸੀਂ ਖਾ ਲਾਂਗੇ 6 ਦੇ 6। ਇਹਨਾਂ ਦੇ ਨਾ ਟਿੱਕੀ ਦੇ ਉੱਤੇ ਆਮਲੇਟ ਰੱਖਦੇ ਆ, ਉਹ ਬੜੀ ਘੈਂਟ ਚੀਜ਼ ਆ। ਡਾਕਟਰ ਸਾਹਿਬ ਮੀਟ ਨਹੀਂ ਖਾਂਦੇ, ਮੈਂ ਤਾਂ ਖਾਂਦਾ। ਦੇਸੀ ਬਰਗਰ ਵਾਲੇ ਆ, ਜਾ ਕੇ ਆਏ ਉਹਨਾਂ ਕੋਲੇ ਨਾ, ਘੈਂਟ ਆ, ਕੋਈ ਪੇਡ ਪ੍ਰਮੋਸ਼ਨ ਨਹੀਂ ਪਰ ਵਧੀਆ ਚੀਜ਼ ਉਹਨੂੰ। ਆਹ ਦੇਖੋ ਕਿੱਡੀ ਘੈਂਟ ਜਗ੍ਹਾ, ਅਸੀਂ ਉੱਥੇ ਬਹਿ ਕੇ ਬਰਗਰ ਬੁਰਗਰ ਖਾਂਦੇ ਹਾਂ, ਗੱਡੀ ਆਪਾਂ ਇੱਥੇ ਲਾ ਦੀ ਆ। ਡਾਕਟਰ ਸਾਹਿਬ ਦੇਖੋ, ਚੱਲ ਕੋਈ ਨਹੀਂ, ਮੈਂ ਚੱਕ ਲੈਂਦਾ। ਹੁਣੇ ਤੋਂ ਹੀ ਕੰਮ ਕਰਾਉਣ ਲੱਗ ਗਏ ਮੈਥੋਂ, ਹੁਣੇ ਤੋਂ ਹੀ ਕੰਮ ਕਰਾਉਣ ਲੱਗ ਗਏ ਮੈਨੂੰ, ਕਰਨਾ ਹੀ ਪੈਂਦਾ।
ਇੱਥੇ ਬਹਿ ਜਾਂਦੇ ਡਾਕਟਰ ਸਾਹਿਬ ਇਹ ਥੰਬਨੇਲ ਬਣਾ ਲੈ ਮੈਕਡੋਨਲਡ ਦੇ ਵੀ ਇੰਨੇ ਟੇਸਟੀ ਨਹੀਂ ਹੁੰਦੇ ਜਿੰਨੇ ਆਹ ਵਾਲੇ ਬਰਗਰ ਟੇਸਟੀ ਬਹੁਤ ਜ਼ਿਆਦਾ ਮਾਹੌਲ ਬਣਿਆ ਆ ਰਿਹਾ ਆਹ ਸੱਜਣਾ ਦਾ ਬਰਗਰ ਅਸੀਂ ਸੱਜਣਾ ਦਾ ਬਰਗਰ ਸੱਜਣਾ ਨੂੰ ਦਿੰਦੇ ਹਾਂ ਬੇਗਮ ਦਾ ਬਰਗਰ ਬੇਗਮ ਆਪਾਂ ਪੂਰੇ ਲਾ ਦਿਓ ਕਿਵੇਂ ਦੇਖੋ ਬਈ ਲੜਾਈ ਹੋ ਗਈ ਸ਼ੁਰੂ ਸਾਡੀ ਕੀ ਮੱਚਿਆ ਗਿਆ ਮਤਲਬ ਤੇ ਹੁਣ ਦੇਖੋ ਨਾ ਪਤਾ ਬੰਦੇ ਨੂੰ ਹੁਣ ਕੋਈ ਗੁੱਸਾ ਆ ਜਾਂਦਾ ਹਨਾ ਹੁਣ ਸੀਰੀਅਸਲੀ ਹੁਣ ਮੰਨ ਲਓ ਇੱਕ ਬੰਦੇ ਨੂੰ ਗੁੱਸਾ ਆਇਆ ਵਾ ਮੈਂ ਦਿਖਣ ਨਹੀਂ ਦਈ ਓ ਮੇਰਾ ਧਿਆਨ ਉਧਰ ਜਾੜੇ ਨਹੀਂ ਨਹੀਂ ਆਪਣੇ ਵਾਲੀ ਧਿਆਨ ਆਵੇ ਮੈਂ ਹੀ ਦਿਖਾਂ ਹਨਾ ਬਸ ਮੈਂ ਫੇਮਸ ਨਾ ਹੋ ਜਾਵੇ ਵੇਖੀ ਤੇ ਤੈਨੂੰ ਦੂਰ ਕਰ ਦੇਣਾ ਤੈਨੂੰ ਫੇਮਸ ਕਰਨੀ ਨਹੀਂ ਪਤਾ ਗੱਲ ਕੀ ਆ ਆ ਦੇਖੋ ਕਿੱਡੀ ਸੋਹਣੀ ਜਗ੍ਹਾ ਤੇ ਨਾਈਸ ਪਲੇਸ ਪਾਣੀ ਪਾਣੀ ਹੋਰ ਕੀ ਕਹਿਣਾ ਪਾਣੀ ਕਿਉਂ ਇੰਨਾ ਸੋਹਣਾ ਲੱਗ ਰਿਹਾ ਕਿੰਨਾ ਵਾਓ ਸੀਰੀਅਸਲੀ ਅਮੇਜ਼ਿੰਗ ਬਹੁਤ ਵਧੀਆ ਲੱਗ ਰਿਹਾ ਵਾਓ ਵਧੀਆ ਆਹੋ ਕਾਣੂ ਰਹਿਣੀ ਆ ਦੇਖੋ ਬਈ ਮੈਂ ਇੱਕ ਤਰ੍ਹਾਂ ਇਹਨੂੰ ਰੋਮਾਂਟਿਕ ਜਗ੍ਹਾ ਤੇ ਲੈ ਗਿਆ ਹੁਣ ਡਾਕਟਰ ਸਾਹਿਬ ਕਹਿੰਦੇ ਵੀ ਮੈਨੂੰ ਪਸੰਦ ਨਹੀਂ ਆਈ ਆਜੋ ਫਿਰ ਤੁਹਾਨੂੰ ਬਿੱਠਾਂ 'ਚ ਬਿਠਾਉਣੇ ਆ ਤੋਤਿਆਂ ਦੀਆਂ ਬਿੱਠਾਂ ਵੇਖੋ ਤੁਸੀਂ ਸਮੈਲ ਆ ਰਹੀ ਤੁਹਾਨੂੰ ਇੱਥੇ ਬਿੱਠਾਂ ਹੀ ਬਿੱਠਾਂ ਨੇ ਸਾਰੇ ਕਿਤੇ ਹੁਣ ਬਿੱਠਾਂ ਦੇ ਚੜਾਤਾ ਸਮੈਲ ਵੇਖ ਕਿੰਨੀ ਕੇਜੀ ਮਾਹੌਲ ਥੱਲੇ ਪਾਣੀ ਦੇ ਵਿੱਚ ਪਾਣੀ ਨੀ ਦੇਖ ਰਿਹਾ ਨਾ ਤੁਹਾਨੂੰ ਯਾਰ ਤੇਰੀ ਕਿੱਡੀ ਵਧੀਆ ਕਿਸਮਤ ਕਿੰਨੀ ਸੋਹਣੀ ਗੱਡੀ ਜੁੜ ਗਈ ਸੀਟਾਂ ਪਛਾਣ ਕਰਨ ਵਾਲੀ ਮੈਂ ਕਰਦਾ ਲੋ ਡਾਕਟਰ ਸਾਹਿਬ ਸਾਡੇ ਅੱਜ ਬੰਦ ਕਰ ਦਿੰਦੇ ਅਸੀਂ ਅਸੀਂ ਈਟਨ ਸੈਂਟਰ ਚੱਲੇ ਆ ਮੈਂ ਰਾਤ ਨੂੰ ਇਸ ਕਰਕੇ ਲੈ ਕੇ ਆਇਆ ਕਿਉਂਕਿ ਰਾਤ ਨੂੰ ਨਾ ਸਾਰੇ ਕਿਤੇ ਸ਼ਾਂਤੀ ਹੁੰਦੀ ਆ ਬੰਦਾ ਵਧੀਆ ਵੇਖ ਲੈਂਦਾ ਦਿਨੇ ਬਹੁਤ ਹੀ ਜ਼ਿਆਦਾ ਰਸ਼ ਹੁੰਦਾ ਲੋ ਬਈ ਅਸੀਂ ਰਾਈਟ ਨਾਓ ਡਾਊਨ ਟੂ ਡਾਊਨ ਟਾਊਨ ਆਏ ਹਾਂ ਨਹੀਂ ਜਾਣੇ ਮਨ ਬੇਗਮ ਜਾਨ ਆ ਜਾਓ ਬੇਗਮ ਜਾਨ ਅਸੀਂ ਹੁਣੇ ਟੋਰਾਂਟੋ ਡਾਊਨ ਟਾਊਨ ਆਏ ਹਾਂ ਕਿਵੇਂ ਲੱਗ ਰਿਹਾ ਵਧੀਆ ਲੱਗ ਰਿਹਾ ਕੈਨੇਡਾ ਟੀਵੀ ਟੂਵੀ ਜੋ ਬਾਲੇ ਸਾਰਾ ਕੰਮ ਬੋਲੇ ਉਹਦੇ ਉੱਧਰ ਕੋ ਖਾਸ ਸਹੀ ਜਿਹੜਾ ਸਾਹਮਣੇ ਦੇਖ ਰਹੇ ਨਾ ਤੁਸੀਂ ਟੋਰਾਂਟੋ ਈਟਨ ਸੈਂਟਰ ਇਹ ਮਾਲ ਆ ਹੈ ਉਹ ਵਿਚਾਰੇ ਦੇ ਸੱਟ ਵੱਜੀ ਆ ਡਾਕਟਰ ਸਾਹਿਬ ਹੈਲਪ ਕਰ ਰਹੇ ਆ ਗਿਆ ਗਿਆ ਥੈਂਕ ਯੂ ਡਾਕਟਰ ਸਾਹਿਬ ਹੈਲਪ ਕਰਨ ਗਏ ਜੀ ਪਰ ਡਾਕਟਰ ਸਾਹਿਬ ਧੱਕਾ ਨਹੀਂ ਲੱਗਾ ਡਾਕਟਰ ਸਾਹਿਬ ਨੂੰ ਮੈਨੂੰ ਬੁਲਾਉਣਾ ਪੈ ਗਿਆ ਡਾਕਟਰ ਸਾਹਿਬ ਤੁਸੀਂ ਜ਼ੋਰ ਲਾਇਆ ਤੁਹਾਡਾ ਧੱਕਾ ਕਿਉਂ ਨਾ ਨਾ ਡਾਕਟਰ ਸਾਹਿਬ ਲੈ ਕਾਲੇ ਨੂੰ ਕਿਹੜਾ ਸਮਝ ਆਉਣਾ ਆਪਾਂ ਕੀ ਬੋਲੀ ਇਹਨੇ ਸਿੱਖੀ ਹੁੰਦੀ ਤੇਰੇ ਵਰਗੇ ਨੇ ਸਿਖਾਈ ਨਹੀਂ 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 ਪਤਾ ਗੱਲ ਕੀ ਮੈਂ ਹੁਣ ਅਗਲੀ ਦੀ ਹੈਲਪ ਕਰਨ ਗਈ ਹੁਣ ਵਿੱਚ ਨਾ ਜ਼ੋਰ ਕਿੱਥੇ ਮੈਂ ਵਲੌਗ ਬਣਾ ਰਹੀ ਸੀ ਪਰ ਮੈਂ ਧੱਕਾ ਲਾਦਾ ਸੀ ਹਾਂ ਤੇ ਉਹ ਮੇਰੇ ਕੋਲ ਉਹਦੀ ਵੀਲ ਚੇਅਰ ਨਹੀਂ ਅੱਗੇ ਹੋਈ ਉਹ ਤਾਂ ਅੱਗੇ ਨਹੀਂ ਆ ਆਪਣੇ ਮਨੋਂ ਤਾਂ ਆਪਣੇ ਮਨੋਂ ਤਾਂ ਲਾਏ ਨਾ ਨਹੀਂ ਨਹੀਂ ਬਹੁਤ ਜ਼ੋਰ ਲਾਦੀ ਬਹੁਤ ਵਧੀਆ ਗੱਲ ਆ ਸਿੱਖੋ ਡਾਕਟਰ ਸਾਹਿਬ ਤੋਂ ਸਿੱਖੋ ਹੈਲਪ ਕਰੋ ਸਾਰਿਆਂ ਦੀ ਤੂੰ ਮਜ਼ਾਕ ਕਿਉਂ ਬਣਾਇਆ ਸੀ ਨਹੀਂ ਮੈਂ ਮਜ਼ਾਕ ਨਹੀਂ ਪਰ ਤੂੰ ਜ਼ੋਰ ਤਾਂ ਲਾਇਆ ਤੇਰੇ ਨਾਲ ਤੇਰੇ ਨਾਲ ਗੋਰੀ ਖੜੀ ਸੀ ਉਹਨੇ ਹੈਲਪ ਨਹੀਂ ਕਰਾਈ ਉਹ ਚਾਕੀ ਗਈ ਸੋ ਤੁਸੀਂ ਵੀ ਸਿੱਖੋ ਇਸ ਚੀਜ਼ ਤੋਂ ਹੈਲਪ ਕਰਨੀ ਚਾਹੀਦੀ ਚਲੋ ਐਨੀਵੇਜ਼ ਮੂਵਿੰਗ ਔਨ ਸਾਹਮਣੇ ਸ਼ੋਅ ਹੁੰਦੇ ਇੱਥੇ ਉਹ ਸਾਹਮਣੇ ਪਰ ਆਹ ਵੀ ਮੇਨ ਹੱਬ ਜੀ ਆ ਟਰੰਟ ਦੀ ਬਹੁਤ ਸੋਹਣਾ ਮਾਹੌਲ ਆ ਦੇਖੋ ਵਾਓ ਵਾਓ ਕਿ ਉਹ ਸਕਰੀਨਾਂ ਵੇਖੋ ਕਿੰਨੀਆਂ ਘੈਂਟ ਲੈ ਪੈਸਾ ਕਊਆ ਪਾਣੀ ਨੱਪਣਾ ਪੈਣਾ ਤੈਨੂੰ ਪਤਾ ਵਾਲਾ ਨਾ ਪੀ ਜੀ ਮੁੱਕ ਜੂਗਾ ਵਾਲਾ ਪੀ ਇਹਨਾਂ ਨੇ ਪੀਦਾ ਹੁੰਦਾ ਚਲੋ ਠੀਕ ਹੈ ਜੀ ਉਮੀਦ ਕਰਦਾ ਤੁਹਾਨੂੰ ਵਲੌਗ ਅਗਲੇ ਵਲੌਗ ਤੇ ਸਬਸਕ੍ਰਾਈਬ ਕਰਨਾ ਸਿੱਖ ਜਾਓ ਕਰਦੇ ਹੋ ਸਬਸਕ੍ਰਾਈਬ ਵਿਚਾਰੇ ਨੂੰ ਬਹੁਤ ਤਰਲੇ ਕੱਢਦਾ ਆ ਵੀ ਇੱਧਰ ਦੇਖਾ ਇੱਧਰ ਦੇਖਾ ਕਿੱਧਰ ਦੇਖਾ ਕਰਦੇ ਸਬਸਕ੍ਰਾਈਬ ਕਰਦੇ ਓਕੇ ਬਾਏ ਫਰੋਮ ਟੋਰਾਂਟੋ ਡਾਊਨ ਟਾਊਨ ਆਪਾਂ ਇੱਥੇ ਲੈ ਲੈਣਾ ਸਾਹਮਣੇ ਫਲੈਟ ਆਪਾਂ ਉੱਥੇ ਕੋਠੀ ਲੈ ਲੈਣੀ ਹਾਂ ਅਸੀਂ ਡਾਊਨ ਟਾਊਨ 'ਚ ਰਹਿਣ ਲੱਗ ਗਏ ਸਬਸਕ੍ਰਾਈਬ ਕਰ ਦਿਓ ਫੇਰ ਹੀ ਰਹਾਂਗੇ ਸਬਸਕ੍ਰਾਈਬ ਕਰ ਦਿਓ ਫੇਰ ਹੀ ਰਹਾਂਗੇ ਓਕੇ ਬਾਏ ਬਾਏ